ਪਹਿਲੇ ਆਹੇ ਕੈਰੈਕਟਰ ਸਰਟੀਫਿਕੇਟ ਜੇ ਬਣਾਣਾ ਹੁੰਦਾ ਹਨਾ ਬਸ ਸਕੂਲ ਜਾਂਦੇ ਹੈ ਯੂਨੀਵਰਸਿਟੀ ਜਾਂਦੇ ਹੈ ਇਹ ਕਾਲਜ ਵਾਲੀ ਬੱਖੀ ਜਾਂਦੇ ਹੈ ਉਹਦਾ ਬੂਆ ਖੜਕਾਂਦੇ ਕਿ ਮਾਰਾ ਸਾਡਾ ਕੈਰੈਕਟਰ ਸਰਟੀਫਿਕੇਟ ਜਿਹੜਾ ਉਹ ਬਣਾਵੜੋ ਮੈਂ ਆਖਣੀਆਂ ਇੰਨੀ ਤੋਲੇ ਸਕੂਲ ਵਾਲੇ ਵੀ ਕੈਰੈਕਟਰ ਸਰਟੀਫਿਕੇਟ ਤਿਆਰ ਨਹੀਂ ਕਰਦੇ ਜਿੰਨੀ ਤੋਲੇ ਸਾਡੇ ਮੱਲੇ ਜਨਾਨੀਆਂ ਜਿਹੜੀ ਕੈਰੈਕਟਰ ਸਰਟੀਫਿਕੇਟ ਤਿਆਰ ਕਰ ਲੈਂਦੀਆਂ ਨਾ ਵਾਸਤੇ ਆਉਂ ਪ੍ਰਗੈਸਟਰ ਸਿੱਧਿਲਕੀਰ ਉਪਰ ਤੁਸੀਂ ਸਾਰੇ ਲੋਕਿਆਂ ਦਾ ਮਤਮਤ ਮਲਾਰ ਕਰਨੀ ਆ ਅੱਜ ਜਿਹੜੀਆਂ ਗੱਲਾਂ ਮੈਂ ਤੁਸੇ ਕੀ ਸੁਣਾਉਣ ਲੱਗੀ ਆ ਨਾ ਉਹ ਗੱਲਾਂ ਚ ਪੂਰੀ ਪੂਰੀ ਸਚਾਈ ਹੈ ਪਰ ਕਿਹ ਕਿਹ ਜਨਾਨੀਆਂ ਮੇਰੇ ਕੋਲ ਨਰਾਜ ਹੋਈ ਸਕਦੀਆਂ ਠੀਕ ਹੈ ਕੀ ਕੇ ਗੱਲਾਂ ਮੈਂ ਆਉਂਦੀਆਂ ਕਿ ਕਰਦੀਆਂ ਜੋ ਕਿਸੇ ਕੰਮ ਉਹ ਕਰਦੀਆਂ ਨਾ ਤੇ ਮੈਂ ਪਹਿਲੇ ਸੁਣਾਉਣਾ ਜੇ ਕਿਸੇ ਕੀ ਲੱਗੀਆਂ ਬੁਰੀਆਂ ਤੇ ਮਾਫੀਆਂ ਉਹ ਮੰਗਿਓਣੀਆਂ ਪਰ ਮੇਰੀ ਗੱਲਾਂ ਕੋੜੀਆਂ ਹੁੰਦੀਆਂ ਨਾ ਪਰ ਸਚਾਈ ਪੂਰੀ ਹੁੰਦੇ ਚ ਹੁੰਦੀ ਗੱਲ ਦਰਸਲ ਇਹ ਹੈ ਕਿ ਪਹਿਲੇ ਆਹੇ ਕਰੈਕਟਰ ਸਰਟੀਫਿਕੇਟ ਜੇ ਬਣਾਣਾ ਹੁੰਦਾ ਹਨਾ ਅਸ ਸਕੂਲ ਜਾਂਦੇ ਇਹ ਯੂਨੀਵਰਸਿਟੀ ਜਾਂਦੇ ਇਹ ਇਹ ਕਾਲਜ ਵਾਲੀ ਬੱਖੀ ਜਾਂਦੇ ਇਹ ਉਹਨਾਂ ਦਾ ਬੂਆ ਖੜਕਾਂਦੇ ਕਿ ਮਾਰਾ ਸਾਡਾ ਕਰੈਕਟਰ ਸਰਟੀਫਿਕੇਟ ਜਿਹੜਾ ਉਹ ਬਣਾਵੜੋ ਤਾਂ ਸਾਡੇ ਪੜਾਈ ਦੇ ਹਿਸਾਬ ਕਰਨੇ ਆਹੇ ਕਿ ਕਿ ਸਭ ਬਦ ਰੇਨ ਹੈ ਸਕੂਲਾਂ ਚ ਇਹ ਯੂਨੀਵਰਸਿਟੀ ਜੇ ਉਹ ਸਭ ਕਹਿੰਦੇ ਸਾਡਾ ਕਰੈਕਟਰ ਸਰਟੀਫਿਕੇਟ ਬਣੀ ਜਾਂਦਾ ਹਾ ਮੇ ਆਖਣੀਆਂ ਇੰਨੀ ਤੋਲੇ ਸਕੂਲ ਵਾਲੇ ਵੀ ਕਰੈਕਟ ਸਰਟੀਫਿਕੇਟ ਤਿਆਰ ਨਹੀਂ ਕਰਦੇ ਜਿੰਨੀ ਤੋਲੇ ਸਾੜੇ ਮੱਲੇ ਜਣਾਨੀਆਂ ਜਿਹੜੀ ਕਰੈਕਟ ਸਰਟੀਫਿਕੇਟ ਤਿਆਰ ਕਰ ਲੈਂਦੀਆਂ ਉਹ ਕੈਸਾ ਬਾਗਨੇ ਭਲਾ ਸ਼ਾਮੀ ਹੋਣੀ ਨਹੀਂ ਟੁੱਪ ਟੁੱਪ ਢਲੀ ਨਹੀਂ ਜਿਹਾ ਸੂਰਜ ਢਲਿਆ ਨਹੀਂ ਤੇ ਸਾਰੀ ਜਣੀਆਂ ਮੜੀਓ ਆਪਣੀ ਆਪਣੀ ਕੁਰਸੀਆਂ ਚੁਗਣੀਆਂ ਪਲਾਸਟਿਕ ਦੀ ਘਰੂਆਂ ਤੇ ਚਲੀ ਪਉਣਾ ਗਲੀ ਚ ਤੇ ਇਹ ਕਿੰਦਾ ਅੱਡਾ ਹੁੰਦਾ ਹੈ ਹੈ ਇੱਕ ਅੱਡਾ ਹੁੰਦਾ ਇੱਥੇ ਜਿੱਥੇ ਨੇ ਸ਼ਾਮੀ ਵੇਲੇ ਸਾਰੀਆਂ ਜਣੀਆਂ ਇਕੱਠੇ ਹੋਣਾ ਇੱਕ ਨੇ ਖੱਟ ਪਾਈ ਉਹਨੀ ਜਿਹਦੇ ਘਰ ਦੇ ਮਤਵੰਦੇ ਹੁੰਦੇ ਉਹ ਖੱਟ ਪਾਈ ਉੜਦੀ ਉੱਥੇ ਦੋ ਤਿੰਨ ਜਣੀਆਂ ਬੈਹਿੰਦੀਆਂ ਹਾਂ ਤੇ ਅਥੇ ਚ ਫੜਨੀ ਪੱਖੀ ਬੱਤੀ ਬੰਦੂਨ ਦੀ ਅੱਜਕੱਲ ਵੈਸੀ ਵੀ ਉਹ ਪੱਖੀ ਝੋਲਦੇ ਜਾਣਾ ਤੇ ਦੇ ਮਾਰਾ ਜੜੀਆਂ ਇੱਕ ਦੂਏ ਦੀ ਚੂਗਲੀਆਂ ਲਾਂਦੀਆਂ ਰੋਣੀਆਂ ਚੂਗਲੀ ਕੇ ਲਾਣੀ ਪੜਾ ਪੂਰਾ ਧਿਆਨ ਰੱਖਣਾ ਮੱਲੇ ਦੀ ਨੂੰਹੇ ਉੱਪਰ ਮੱਲੇ ਦੀ ਕੁੜੀਏ ਉੱਪਰ ਇੱਕ ਦੂਏ ਦਾ ਸਰਟੀਫਿਕੇਟ ਜਾਂ ਅਟੈਚਮੈਂਟ ਜਿਹੜਾ ਉਹ ਤਿਆਰ ਕਰੀ ਲੋੜੇ ਕੀਆ ਪੜਾ ਫਲਾਣੇ ਦੀ ਕੁੜੀ ਜਿਹੜੀ ਐ ਉਹ ਮੋਟਰਸਾਈਕਲ ਪਰਾਂਦੀ ਅੱਜਕੱਲ ਹੈ ਦਵੇ ਦੀ ਕੁੜੀ ਨੇ ਸਕੂਟੀ ਲੈ ਲਈਆ ਤੇ ਜਿਹੜੀ ਮੋਟਰਸਾਈਕਲ ਪਰਾਂਦੀ ਆ ਉਹ ਕੁਦੇ ਕਰਨਿਆਂ ਵਾਲ ਦੀ ਉਹ ਜਾਗਤ ਨਾਲਾ ਕੇ ਲੱਗਦਾ ਪੜਾ ਫਲਾਣੇ ਦੀ ਲੂਨੂ ਜਿਹੜੀ ਐ ਉਹ ਕਿੰਨੇ ਵਾਰ ਜਣਾ ਆਪਣੇ ਪਿਓਕੇ ਜਾਂਦੀ ਹੈ ਹੈ ਪਿਓਕੇ ਵੀ ਰਹਿੰਦੀ ਆ ਸੋਰੇ ਵੀ ਕੁਦੇ ਆਈਏ ਬੋਂਦੀ ਆ ਤੇ ਤਰੀ ਚੀਜ਼ ਇਹ ਦਿਖਣੀ ਕਿ ਉਹਦੀ ਕੁੜੀ ਮਾਰਾ ਉਹ ਚੜ੍ਹਨ ਦੀ ਕੋਠੇ ਉੱਪਰ ਫੋਨ 'ਨਾ ਪਰ ਗੱਲਾਂ ਕਰਦੀ ਰਹਿੰਦੀ ਹੈ ਕਿ ਅਬਰੇ ਗੋੜਾ ਨਾ ਕਰਦੀ ਨੂੰ ਦੀ ਫੋਨਿਆਂ ਪਰ ਗੱਲਾਂ ਫਿਰ ਇਹ ਵੀ ਧਿਆਨ ਦਿੱਤੇ ਰਹਿੰਦਾ ਕਿ ਦੂਏ ਦੀ ਕੁੜੀ ਜਿਹੜੀ ਆ ਉਹ ਜੀਤ ਪਾਵਾ ਦੀ ਹੈ ਜਾਂ ਫਿਰ ਸੂਟ ਜੇ ਜਾਵਾ ਦੀ ਹੈ ਔਰੀ ਨੂੰ ਕਾ ਦਾ ਕੰਮ ਕਰਾ ਰਹੀ ਐ ਨਹੀਂ ਕਰਾ ਰਹੀ ਐ ਰੁੱਟੀ ਕਿੱਸਾ ਬਗਨੇ ਬਣਾਦੀ ਸ਼ੈਲ ਬਣਾਦੀ ਉਸੇ ਕੋਈ ਕੰਮ ਮਰ ਨਹੀਂ ਆਂਦਾ ਜਿੰਨੇ ਕੰਮੀ ਜਿਹੜੀ ਉਹ ਲਿਆਂਦੀ ਦੀ ਐ ਮਤਲਬ ਐਹੀਆਂ ਐਹੀਆਂ ਝੂਲੀਆਂ ਐਹੀਆਂ ਐਹੀਆਂ ਗੱਲਾਂ ਕਰਦੀਆਂ ਲੈ ਕਿ ਬੰਦਾ ਆਪੇ ਰਾਹ ਨਹੀਂ ਜਾਂਦਾ ਕਿ ਕਿੰਨਾ ਬੇਲਾ ਟਾਈਮ ਮੜਿਓ ਤੁੰਦੇ ਕੋਲ ਇੰਨੀ ਟੋਲੇ ਤਾਂ ਮਤਲਬ ਯੂਨੀਵਰਸਿਟੀ ਵਾਲੇ ਵੀ ਨਹੀਂ ਇੱਕ ਕਰੈਕਟ ਸਰਟੀਫਿਕੇਟ ਤਿਆਰ ਕਰਦਾ ਜਿੰਨੀ ਟੋਲੇ ਤੇ ਹੋਏ ਕੁੜੀਆਂ ਦਾ ਔਰ ਖਾਲੀ ਕੁੜੀਆਂ ਤੇ ਨੂੰਹਾਂ ਦੀ ਗੱਲ ਹੁੰਦੀ ਉੱਥੇ ਔਰ ਗੁਜ਼ਰਦੇ ਨਹੀਂ ਹੁੰਦੀ ਐ ਐਂ ਕਿ ਇਹ ਇੱਕ ਹੋਰ ਚੀਜ਼ ਤੁਹਾਨੂੰ ਹੀ ਸਰਾੰਗੀ ਮੈਂ ਕਿ ਸ਼ਾਮੀ ਵੇਲੇ ਜਲੇ ਹਰ ਇੱਕ ਸੀਰੀਅਲ ਦਾ ਨਵਾਂ ਐਪੀਸੋਡ ਆਉਂਦਾ ਨਾ ਜਦੋਂ ਨਵਾਂ ਐਪੀਸੋਡ ਆਉਂਦਾ ਤੇ ਸਾਰੀਆਂ ਕਿੱਠੀ ਹੋਈ ਬਈਆਂ ਨਾ ਹੈ ਚਾਹ ਦਾ ਗਲਾਸ ਹੱਥ ਚ ਫੜੇ ਰ ਤੇ ਜਲੇ ਆਉਂਦਾ ਨਵਾਂ ਐਪੀਸੋਡ ਉੱਥੇ ਜਿਹੜੀ ਹੀਰੋਇਨ ਹੁੰਦੀ ਉਹਨੇ ਕਹਨੇ ਬੜਾ ਅਤਿਆਚਾਰ ਉਹ ਆ ਰਾਂਦਾ ਹੈ ਦਿਖਣੇ ਹੁੰਨੇ ਆ ਫਿਰ ਉਸੇ ਨੂੰਹ ਕੀ ਜਿਹੜਾ ਉਸ ਸਾਲ ਦਾ ਜਿਹੜਾ ਅਬਾੜ ਫੰਕਸ਼ਨ ਹੁੰਦਾ ਔਰ ਤੁਸੀਂ ਬੈਸਟ ਬਹੁ ਦਾ ਬਾੜ ਵੀ ਤੋਂ ਹੀ ਹੁੰਦਾ ਤੇ ਜੱਲੇ ਲੱਗਦਾ ਸੀਰੀਅਲ ਜੱਲੇ ਲੱਗਦਾ ਤੇ ਔਰ ਚ ਜੱਲੇ ਤਾਂ ਸਾਰਾ ਹੁੰਦੇ ਕਿ ਅੱਜ ਸੱਸ ਨੇ ਸੀ ਕੁੱਟਿਆ ਸੱਸ ਨੇ ਸੀ ਮਾਰਿਆ ਉਸੇ ਤਾਨੇ ਮਾਰੇ ਉਸੇ ਔਰੇ ਘਰ ਆਲੇ ਕਹਿੰਦੇ ਗੱਲ ਨਹੀਂ ਕਰਨ ਦਿੰਦੀ ਉਸੇ ਪਿਓਕੇ ਨਹੀਂ ਜਾਨ ਦਿੰਦੀ ਉਸੇ ਕੰਮੇ ਲਾਈ ਰੱਖਦੀ ਐ ਤੇ ਓਲੇ ਪਤਾ ਕੀ ਆਖਦੀਆਂ ਏ ਮਾਏ ਕਿੰਨੀ ਪੈੜੀ ਸਾਸਾ ਦੇਖਿਆ ਨੀ ਇੰਦੇ ਦੇਖਿਆ ਆਪਣੀ ਨੂੰਗੀ ਕਿੰ ਸਤਾਈ ਰੱਖੇ ਰਾ ਇਰਕਨ ਬੜੀ ਪੈੜੀ ਹੋਣੀ ਚਾਹੀਦੀ ਮਰੀਆਣੀ ਚਾਹੀਦੀ ਸਤਿਸ਼ਾ ਤੱਕਨੇ ਕਨੇਗਾ ਰਿਅਲਿਟੀ ਦੱਸਾਂ ਕਿ ਹੋ ਰਹੀਂਦੀ ਆਪਣੀ ਨੂੰਹੇ ਕੇ ਸਭ ਦੀ ਬਾਜਾ ਪਿਆ ਰਹੀਂਦੀ ਇਹ ਲਾੜੀਏ ਲਾੜੀਏ ਉਹ ਫਲਾਨੀ ਚੀਜ਼ ਫੜਕਾਵਲਾ ਤੂੰ ਕੁੜੇ ਹਲੇ ਤੱਕ ਲਿਆਂਦੀ ਨੀ ਤੱਕਨੇ ਵਾਲੀ ਕੀ ਟੋ ਮਾਰੀ ਆਖਰੀਂ ਦੇਖਿਆ ਤਾਰਿਆ ਲਈ ਇੰਨੈ ਗਿਆ ਕੋਸੇ ਕੰਮ ਮਾਦੀ ਨਹੀਂ ਹੈ ਸਵੇਰੇ ਉੱਠਦੀ ਹੈ ਮਾਰਾ ਲੇਟ ਉੱਠਦੀ ਹੈ ਠੀਕ ਹੈ ਮਨ ਕੀਤਾ ਉਹ ਖਾਣ ਨੂੰ ਖਲਾਉੜ ਗਈ ਰੋਟੀ ਨਹੀਂ ਮਨ ਕੀਤਾ ਤਾਂ ਬਰੈਡ ਗਈ ਹੈ ਮੱਖਣ ਜੜਾ ਲਾਈ ਫੜਕਾਉੜਦੀ ਹੈ ਲਾਓ ਖਾਓ ਤਾਂ ਬਾਚੂ ਆਪਣਾ ਬੈਗ ਚੁੱਕਦੀ ਤੇ ਟਲੀ ਬੁੰਦੀ ਆ ਉਹ ਤਾਂ ਉਹ ਸਾਡਾ ਧਿਆਨ ਨਹੀਂ ਰੱਖਦੀ ਹੈ ਇਹ ਸਭ ਜੜੀਓ ਕਰਦੀ ਹੈ ਉਹ ਜੜੀ ਟੀਵੀ ਚ ਨੂੰ ਲੱਭਾ ਰਹੀਂਦੀ ਔਰੇ ਪਰਦਾ ਹੈ ਬੜਾ ਤਰਸਾਵਾ ਰਹਿਤਾ ਕਿ ਵਿਚਾਰੀ ਲੱਗੀ ਦੀ ਵਿਚਾਰੀ ਦੀ ਸੱਸ ਨਹੀਂ ਵਿਚਾਰੀ ਦੀ ਸੱਸ ਚੂੜੀਆਂ ਲਾਂਦੀ ਤਾਂ ਉਹ ਐਸਾ ਦਾ ਰੋਲ ਜੜਾ ਉਹ ਆਪੇ ਵੀ ਨਹੀਂ ਬਾਤ ਜਾਂਦੀਆਂ ਉਹ ਵੈਸੇ ਸਾਧਾਰਨ ਉਹ ਟੁਲੀਆਂ ਜਿਹੜੀਆਂ ਆਪਣੀ ਨੂੰਹ ਦੀ ਵੀ ਘਰਾਹ ਰਹੀ ਹੁੰਦੀਆਂ ਮਲੇ ਦੀ ਜਨਾਨੀਆਂ ਕੰਨੇ ਤੇ ਮੈਂ ਇਹ ਆ ਕੇ ਕਿ ਇਹ ਕੰਮ ਨਹੀਂ ਕਰਾ ਕਰੋ ਆ ਤੂੰ ਸਹੀ ਸ਼ੋਭਾ ਦਿੰਦੇ ਨੇ ਜੇ ਤੁਸੀਂ ਟੀਵੀ 'ਚ ਕੋਈ ਸ਼ਾਇਲ ਚੀਜ਼ ਦਿਖਾ ਦਿਓ ਉਹਨਾਂ ਨੂੰ ਸ਼ਾਇਲ ਸਿੱਖ ਲਾਓ ਤੁਹਾਂ ਹੀ ਓਨ ਦੀ ਟੀਵੀ ਵਾਲੀ ਨੂੰ ਉਪਰਤ ਦਰਸਾਵਾ ਦਾ ਤੇ ਤੁਹਾਂ ਹੀ ਆਪਣੀ ਨੂੰ ਪੰਨੀ ਦਰਸਾਵਾ ਦਾ ਤੇ ਇਹ ਸਿੱਖ ਜਿਹੜੀ ਹੈ ਉਹ ਸੱਸਾਂ ਹੀਗੀ ਵੀ ਤੇ ਨੂੰਹ ਹੀਗੀ ਵੀ ਦੋਨੇ ਕੀ ਮੈ ਦੇਗੀ ਕਿ ਜਿਹੜੀ ਸੱਸ ਹੁੰਦੀ ਹੈ ਨਾ ਉਸੇ ਵੀ ਇਹ ਚੀਜ਼ ਸਮਝਣੀ ਚਾਹੀਦੀ ਕਿ ਜਿਹੜੀ ਆਪਣਾ ਘਰ ਛੱਡੀ ਆਈਦੀ ਹੈ ਹਾਲਾਂਕਿ ਤੁਸੀਂ ਬੜੇ ਅੱਛੇ ਤਰੀਕੇ ਨਾਲ ਰਿਲੇਟ ਕਰ ਸਕਦੇ ਹੋ ਉਸ ਚੀਜ਼ ਕੀ ਕਿਉਂਕਿ ਤੁਸੇ ਵੀ ਉਹ ਕੰਮ ਕੀਤੇ ਦਾ ਤੁਸੀਂ ਵੀ ਆਪਣਾ ਘਰ ਛੱਡੀਏ ਉਹ ਆਪਣੇ ਸੋਰੀਆਂ ਦੇ ਘਰ ਆ ਰਹੇ ਤੇ ਉਹ ਵੀ ਅਗਲੀ ਜਿਹੜੀ ਆਪਣਾ ਘਰ ਛੱਡੀਏ ਤੁੰਦੇ ਕੋਲ ਜੇ ਆਈ ਦੀ ਤੁੰਦੇ ਕੋਲ ਰੋਣ ਆਈ ਲਈ ਤੁੰਦੇ ਟੱਬਰ ਚ ਰੋਣ ਆਈ ਦੀ ਤੁੰਦੇ ਘਰ ਦੇ ਉਠਨੇ ਬਾਠਨੇ ਤੁੰਦੇ ਹਰ ਸੁਖ ਦੁਖ ਚ ਉਹਨੇ ਤੁੰਦੇ ਸਾਥ ਦੇਣਾ ਤਾਂ ਤੁਸੇ ਵੀ ਉਸੇ ਪੂਰਾ ਪੂਰਾ ਪਿਆਰ ਦੇਣਾ ਉਸੇ ਪੂਰਾ ਪੂਰਾ ਸਾਥ ਦੇਣਾ ਔਰ ਉਸੇ ਸਮਝਣੇ ਦੀ ਕੋਸ਼ਿਸ਼ ਕਰਨੀ ਹੈ ਤੇ ਇਹੀ ਵਸਤਿਆਂ ਦੀ ਗੱਲ ਤੇ ਨੂਆ ਵੀ ਮੜੇ ਕੋਈ ਕੱਟ ਨਹੀਂ ਹੈ ਜੇ ਸਭ ਆਜੀ ਸਾਸ ਤੇ ਉਸ ਉਸੇ ਪਾਸੇ ਨਹੀਂ ਨੂਆ ਵੀ ਜੜੀਆਂ ਸਾਨੂੰ ਦਿਖਣੇ ਦਿੱਤ ਹੁੰਦੀ ਕੇ ਪਾਲਾ ਓਨੇ ਵੀ ਮਾਰਾ ਕੋਈ ਟਿਕਾਏ ਨਹੀਂ ਲੱਗਦੀ ਕਿਛੇ ਤੇ ਇੰਨੀ ਆ ਬੇਲੀਆਂ ਹੁੰਦੀਆਂ ਨਹੀਂ ਬੇਲੀਆਂ ਹੁੰਦੀਆਂ ਮੈਂ ਆਪੂਆਂ ਦੀ ਖੀਦੀਆਂ ਕਰਦੀਆਂ ਕੇ ਪਾਲਾ ਦੇ ਪਿਓ ਕੇ ਜਾਲਾ ਰਹਿੰਦਾ ਫੋਨ ਤੇ ਸਵੇਰੇ ਮੰਮੀ ਮੈਂ ਇੱਕ ਆਦਾ ਦੁਪਹਿਰੀ ਇਹ ਹੋਇਆ ਅੱਜ ਇਹ ਆਇਆ ਅੱਜ ਇਹ ਹੋਇਆ ਅੱਜ ਇਹ ਹੋਇਆ ਅੱਜ ਇਹ ਹੋਇਆ ਠੀਕ ਹੈ ਮੈਂ ਨਹੀਂ ਆਦੀ ਕਿ ਤੁਸੀਂ ਆਪਣੇ ਜੇਤੋਂ ਸਾਬ ਆਪਣੇ ਘਰੋਂ ਸ਼ਿਫਟ ਹੋਈ ਦੋਈਏ ਤੁਸੀਂ ਆਪਣੀ ਮਾਂ ਕ ਨਾਲ ਗੱਲਬਾਤ ਨਹੀਂ ਕਰਨੀ ਔਫੈਂਸ ਨਹੀਂ ਲਾਣਾ ਗੱਲ ਸੁਣ ਲੋ ਤਰਾਹੀਏ ਇਹ ਆਖਾਣੀ ਮੈਂ ਕਿ ਥੋੜਾ ਲਿਮਟ ਕਰਨੇ ਜੇ ਤੁਸੀਂ ਉਸ ਮਾਂ ਕੀ ਵੀ ਟਾਈਮ ਦਿਓ ਰੇ ਤੂੰ ਜਿਹੜੀ ਤੂੰ ਤੇ ਕੰਨੇ ਰੋਹਾਦੀ ਹੈ ਥੋੜੀ ਚਿਰ ਰੋ ਰੇ ਕੋਲ ਵੀ ਬੈਠ ਲਾਓ ਹੈ ਜੇ ਔਰੇ ਕੋਲ ਨਹੀਂ ਬੋਗੇ ਤਾਂ ਆਪਸ ਚ ਟੂ ਟੂ ਮਾਮੇ ਇਹ ਸਭ ਕੇ ਜੋਂ ਦਰੋਣਾ ਜੇ ਤੁਸੀਂ ਔਰੇ ਕੋਲ ਬੋਗੇ ਤਾਂ ਅਗਲੀ ਵੀ ਖੁਸ਼ ਰੋ ਜੇ ਤੁਸੀਂ ਸਾਰਾ ਆ ਮਮੀ ਮੈਂ ਚਾਰ ਮੱਛਰ ਬਿਮਾਰੀ ਹੋੜੇ ਆ ਮਮੀ ਮੈਂ ਉਹ ਤੜਕਾ ਵੀ ਲਾਉੜੇ ਆ ਮਮੀ ਮੈਂ ਉਹ ਵੀ ਕਰੇ ਮਮੀ ਮਮੀ ਮੰਮੀ ਮਮੀ ਕਰ ਦਰੋਣਾ ਤਾਂ ਫਿਰ ਮਮੀ ਕੋਲ ਕੇ ਭੋਣਾ ਖਾਪਾ ਹੈ ਨਹੀਂ ਮਲਾ ਫਿਰ ਇਹ ਵੀ ਨੂੰਹੇ ਵੀ ਦਿਖਣਾ ਚਾਹ ਰਾ ਕਿ ਤੂੰਹੇ ਵੀ ਇਹ ਚੀਜ਼ ਦਿਖਣੀ ਹੈ ਕਿ ਓ ਜੇ ਮੈਂ ਆਪਣਾ ਕਾਰ ਛੱਡੀ ਆਇਨੀ ਇਸ ਕਾਰ ਚ ਆਇਨੀ ਹੈ ਤੇ ਇਹ ਅਗਰ ਮੀਗੀ અપਨਾ ਦੇ ਬੜੇ ਪਿਆਰ ਤਰੀਕੇ ਕਰਨੇ ਕਹਿੰਦੇ ਤਾਂ ਮੈਂ ਵੀ ਇੰਨੇ ਕਿ ਸਮਝਣਾ ਮੈਂ ਵੀ ਇੰਨੇ ਕਹਿੰਦੇ ਜਿਹੜਾ ਆਪਣਾ ਸੁੱਖ ਦੁੱਖ ਬੰਨਣਾ ਮੈਂ ਵੀ ਇੰਨੇ ਕਹਿੰਦੇ ਰੋਣਾ ਇਹ ਤਾਂ ਅੰਗੇ ਮਾਰਾ ਜਿਹੜਾ ਇਹ ਦੋ ਟਾਰ ਜਿਹੜੇ ਨੇ ਉਹ ਇਕੱਠੇ-ਕੱਠੇ ਚੱਲਨੇ ਆ ਨਹੀਂ ਤੇ ਇੱਕੋ ਹੀ ਆਣਾ ਡਿੰਗਾ ਇੱਕ ਟਾਰ ਬਈ ਵਾਲਾ ਦੂਆੜਾ ਜਿਹੜਾ ਉਹ ਚਕੋਈ ਵਾਲਾ ਤਾਂ ਕਰੀ ਆਖਾ ਦੀ ਨਾ ਮੈਂ ਇਹ ਇੱਕ ਇਹੀ ਚੀਜ਼ ਹੁੰਦੀ ਹੈ ਜਿਹਦੇ ਚ ਦੋਨੋਂ ਸੱਸ ਨੂੰ ਇਹ ਸਮਝਣਾ ਪੁੰਦਾ ਕਿ ਯਾਰ ਇਹ ਵੀ ਮੇਰੇ ਕੰਨੇ ਠੀਕ ਰੋਏ ਇਹ ਵੀ ਮੇਰੇ ਕੰਨੇ ਠੀਕ ਰੋਏ ਫੇਰ ਕੇ ਗੱਲ ਜੇ ਬੰਦੀ ਹੈ ਤਾਂ ਜੇ ਇਹੋਲੇ ਆ ਸਾਬ ਨਾਲ ਤਾਂ ਉਹ ਹੁੰਦਾ ਕਿ ਹਰ ਘਰ ਚ ਇਹ ਦਿਖਨੇਗੀ ਤੁਹਾਨੂੰ ਫੇਰ ਇਹੋਲੇਰੇ ਕਲੇਸ਼ ਚ ਜਿਹੜੇ ਨਾ ਉਹ ਭੇਰੇ ਹੁੰਦੇ ਰਹਿਤ ਮੈਂ ਬਸ ਇਹ ਆਖੀ ਇਹ ਜਿਹੜੀਆਂ ਮੈਂ ਗੱਲਾਂ ਆਖੀਆਂ ਨਾ ਔਰਤ ਤੋਂ ਇਹ ਕਿਸੇ ਸਿੱਖ ਮਤ ਲੱਗੇ ਕੰਨੇ ਉਹ ਜਿਹੜਾ ਉਹ ਚਪਾਲ ਲੱਗਦੀ ਨਾ ਸ਼ਾਮੀ ਵੇਲੇ ਉਸੇ ਛੱਡੀ ਉਹ ਜਿੱਦ ਤੋਂ ਚਪਾਲ ਲਾਣੀ ਹੈ ਕੋਈ ਟੰਗਾ ਦੀ ਗੱਲ ਠੀਕ ਹੈ ਕੋਈ ਸ਼ੈਲ ਗੱਲ ਕੀ ਤੁਸੀਂ ਆਪਸ ਵਿੱਚ ਕੋਈ ਪੋਜ਼ਿਟਿਵਿਟੀ ਜਿਹੜੀ ਆ ਉਹ ਖਿਲਾਰੋ ਆਪਣੇ ਮਾਨ ਦਾ ਪੜਾਅ ਨਹੀਂ ਖਾਲੀ ਕੱਢਦੇ ਨੋਣੀ ਕਿ ਅੰਦਰੋਂ ਚੁਗਣੀਆਂ ਲਾਏ ਜਾਣੀ ਹੋਰ ਆ ਕਰੈਕਟਰ ਸਰਟੀਫਿਕੇਟ ਤੋਂ ਫਲਾਣੇ ਦਾ ਤੇ ਢਿੰਗੜੇ ਦਾ ਇਹ ਛੱਡੀ ਓੜ ਹਰ ਕੁਛੇ ਦੀ ਆਪਣੀ ਆਪਣੀ ਜ਼ਿੰਦਗੀ ਹੈ ਹੈ ਜੀਨ ਦੋ ਕੋਈ ਮੋਟਰਸਾਈਕਲ ਪਰਵਾ ਦੀ ਕੇ ਪਤਾ ਔਰ ਆਪਣਾਓ ਕੇ ਪਤਾ ਨਾੜਾ ਦੋਸਤ ਉਹ ਜੇ ਦੋਸਤ ਵੀ ਹੋ ਤਾਂ ਔਰ ਚ ਤੂੰ ਹੀ ਨਹੀਂ ਦਿੱਕਤ ਹੈ ਜਿਹੜੀ ਨਹੀਂ ਲੈਣੀ ਚਾਹੀਦੀ ਔਰ ਮਾਂ ਪਿਓ ਦੀ ਪਤਾ ਸਾਡੀ 3 ਉਥੇ ਜਾ ਰਹੀ ਹੈ ਕੋਤੇ ਕੰਨੇ ਜਾ ਰਹੀ ਹੈ ਔਰ ਮਾਂ ਪਿਓ ਦੀ ਟੈਨਸ਼ਨ ਹੈ ਭੱਲੇ ਵਾਲੇ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆ